ਅੱਜ ਤੁਸੀਂ ਮੈਨੂੰ ਦੇਖ ਰਹੇ ਹੋ ਔਨ ਨੈਕਸਟ ਬਿਗ ਥਿੰਗ ਓਨਲੀ ਔਨ ਕਨੈਕਟ ਐਫਐਮ। ਮੈਂ ਵੀ ਸੋਚ ਰਿਹਾ ਸੀ ਵੀ ਐਂ ਕਰਾਂਗੇ ਐਂ ਕਰਾਂਗੇ। ਕਹਿੰਦੇ ਨੇ ਨਾ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਅਤੇ ਜਿਹੜਾ ਇੰਸਟਾ 'ਤੇ ਨਹੀਂ ਹੈ, ਜਿਹੜਾ ਟਿਕਟੋਕ 'ਤੇ ਨਹੀਂ ਹੈ, ਫੇਸਬੁੱਕ 'ਤੇ ਨਹੀਂ ਹੈ, ਅਤੇ ਉਹ ਬੰਦਾ ਵੀ ਨਹੀਂ ਹੈ। ਸੋ ਐਗਜ਼ਿਸਟੈਂਸ ਲਈ ਬਹੁਤ ਜ਼ਰੂਰੀ ਹੋ ਗਿਆ, ਜਿੱਦਾਂ ਆਧਾਰ ਕਾਰਡ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਚਾਹੀਦਾ, ਉੱਦਾਂ ਹੀ ਇੰਸਟਾਗ੍ਰਾਮ ਅਕਾਊਂਟ ਹੋਣਾ ਚਾਹੀਦਾ, ਟਿਕਟੋਕ ਅਕਾਊਂਟ ਹੋਣਾ ਚਾਹੀਦਾ। ਕਾਫੀ ਜ਼ਰੂਰੀ ਕਹਿ ਸਕਦੇ ਹਾਂ ਮੈਮ, ਮੋਸਟ ਆਫ ਦਾ ਟਾਈਮ ਯੂਥ ਲਈ, ਬਿਕੋਜ਼ ਸਾਰੇ ਹੀ ਇੰਸਟਾਗ੍ਰਾਮ 'ਤੇ ਹੈਗੇ ਆ। ਸੋ ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ ਤਾਂ ਆਪਾਂ ਨੂੰ ਮੋਸਟ ਆਫ ਟਾਈਮ ਇਹੀ ਪੁੱਛਦੇ ਕਿ ਤੁਹਾਡਾ ਇੰਸਟਾਗ੍ਰਾਮ ਕੀ ਹੈ। ਅੱਛਾ, ਸੋ ਇੰਟਰੋਡਕਸ਼ਨ ਲਈ ਅੱਜ ਕੱਲ੍ਹ ਪਹਿਲੀ ਚੀਜ਼ ਇਹ ਹੁੰਦੀ ਤੁਹਾਡਾ ਨਾਮ ਕੀ ਹੈ ਅਤੇ ਇੰਸਟਾ ਅਕਾਊਂਟ ਕੀ ਹੈ। ਇੰਸਟਾ ਕੀ ਹੈ, ਮੈਂ ਤੁਹਾਨੂੰ ਐਡ ਕਰਦਾ। ਅੱਛਾ, ਜ਼ਰੂਰੀ ਹੋ ਗਿਆ, ਜ਼ਰੂਰੀ ਹੋ ਗਿਆ। ਸੋ ਕਨਵਰਸੇਸ਼ਨਸ ਅੱਜ ਕੱਲ੍ਹ ਇੱਥੋਂ ਸ਼ੁਰੂ ਹੁੰਦੀਆਂ? ਹਾਂਜੀ, ਨਵੇਂ ਬੰਦੇ ਇੱਥੋਂ ਹੀ ਮਿਲਦੇ, ਜਿਵੇਂ ਇੰਸਟਾਗ੍ਰਾਮ, ਸਨੈਪਚੈਟ, ਅਤੇ ਫਿਰ ਉਦੋਂ ਰੀਅਲ ਲਾਈਫ 'ਚ ਹੁੰਦੇ। ਪਹਿਲਾਂ ਰੀਅਲ ਲਾਈਫ 'ਚ ਆਉਂਦੇ ਸੀਗੇ ਅਤੇ ਫਿਰ ਆਪਾਂ ਐਡ ਕਰਦੇ ਸੀ, ਪਰ ਹੁਣ ਸੋਸ਼ਲ ਮੀਡੀਆ 'ਤੇ ਆਪਾਂ ਨੂੰ ਜ਼ਿਆਦਾ ਮਿਲਦੇ ਆ ਅਤੇ ਆਪਾਂ ਬਾਅਦ 'ਚ ਉਹਨੂੰ ਰੀਅਲ ਲਾਈਫ 'ਚ। ਸੋ ਪਹਿਲੇ ਆਪਾਂ ਬੰਦਿਆਂ ਨੂੰ ਐਡ ਕਰਦੇ ਹਾਂ, ਫਿਰ ਜਾ ਕੇ ਉਹਨਾਂ ਨੂੰ ਮਿਲਣ ਜਾਂਦੇ, ਫਿਰ ਅਸਲ ਜ਼ਿੰਦਗੀ 'ਚ ਹੁੰਦੇ। ਰਾਈਟ, ਸੋ ਤੁਹਾਡੇ ਨਾਲ ਵੀ ਨਾਓ ਯੂਵ ਬਿਕਮ ਦਿਸ ਲੈਟਸ ਸੇ ਐਨ ਇੰਸਟਾ ਸਟਾਰ ਹੈਗੇ ਹੋ, ਮੋਟੀਵੇਸ਼ਨਲ ਸਪੀਕਰ ਹੈਗੇ ਹੋ, ਥਰੂ ਇੰਸਟਾਗ੍ਰਾਮ ਤੁਸੀਂ ਬਣੇ ਹੋ। ਸੋ ਇਹ ਕੌਨਸ਼ੀਅਸਲੀ ਤੁਸੀਂ ਕੀਤਾ ਕਿ ਅੱਜ ਕੱਲ੍ਹ ਸਾਰੇ ਕਰ ਰਹੇ, ਮੈਂ ਵੀ ਕਰ ਲੈਣਾ? ਟੂ ਬੀ ਹੋਨੈਸਟ, ਸਟਾਰਟਿੰਗ 'ਚ ਮੈਨੂੰ ਨਹੀਂ ਸੀਗਾ ਕਿ ਮੈਂ ਜਿਹਨੂੰ ਐਜ ਏ ਟਾਈਟਲ ਮੈਂ ਸਾਹਮਣੇ ਆਊਂਗਾ ਕਿ ਮੋਟੀਵੇਸ਼ਨਲ ਸਪੀਕਰ। ਫੇਸਬੁੱਕ ਤੋਂ ਸਟਾਰਟ ਕੀਤਾ ਸੀ ਮੈਂ, ਅਤੇ ਐਵੇਂ ਮਜ਼ਾਕ 'ਚ ਵੀਡੀਓ ਪਾਤੀ ਅਤੇ ਉਹ ਕਾਫੀ ਵਾਇਰਲ ਹੋ ਗਈ। ਮੈਨੂੰ ਬਹੁਤ ਸਟਾਰਟਿੰਗ ਸੀਗੀ, ਜਿਵੇਂ ਕੈਨੇਡਾ 'ਚ ਮੈਂ ਆਇਆ ਸੀਗਾ ਅਤੇ ਬਚਪਨ ਦਾ ਮਿਕਸਚਰ ਸੀਗਾ, ਕੁਛ ਸਟਰਗਲ, ਮੋਟੀਵੇਸ਼ਨ, ਸਾਰਾ ਕੁਛ ਮਿਲਾ ਕੇ, ਅਤੇ ਉਹ ਵਾਇਰਲ ਹੋ ਗਈ ਅਤੇ 0 ਲਾਈਕ ਸੀਗੇ ਪੇਜ 'ਤੇ ਮੈਂ ਜਦੋਂ ਅਪਲੋਡ ਕੀਤੀ, ਅਤੇ ਉਹ ਕਾਫੀ ਵਾਇਰਲ ਹੋ ਗਈ। ਅਰਾਊਂਡ 50-60,000 ਜਣਿਆਂ ਨੇ ਦੇਖ ਲਈ ਉਹਨੂੰ ਹਫ਼ਤੇ 'ਚ। ਉਦੋਂ ਬਾਅਦ ਮੇਰਾ ਕੋਈ ਪਲਾਨ ਨਹੀਂ ਸੀ, ਕੁਛ ਮੈਂ ਲਿਖਿਆ ਨਹੀਂ ਸੀ, ਕੋਈ ਮੇਰੇ ਕੋਲ ਕੰਟੈਂਟ ਨਹੀਂ ਸੀ, ਪਰ ਮੈਨੂੰ ਮੈਸੇਜ ਆਉਣ ਲੱਗ ਪਏ ਕਿ ਤੁਸੀਂ ਜੀ ਹੋਰ ਪਾਓ। ਹਾਂਜੀ, ਬਸ ਐਵੇਂ ਚੱਲਦਾ ਗਿਆ ਮੈਮ। ਤੇ ਤੁਸੀਂ ਸਟਾਰ ਬਣ ਗਏ, ਓਵਰਨਾਈਟ ਸਟਾਰ ਬਣ ਗਏ? ਓਵਰਨਾਈਟ ਤਾਂ ਨਹੀਂ ਕਹਿ ਸਕਦੇ, ਹੌਲੀ ਹੌਲੀ ਚੱਲੀ ਗਿਆ ਵੀਡੀਓ, ਹਜੇ ਤਾਂ ਮੈਮ ਲਾਈਕ ਸਟਿਲ ਨਾਟ ਵੀ, ਮੈਂ ਤਾਂ ਨਹੀਂ, ਟਾਈਟਲ ਮੈਨੂੰ ਵਧੀਆ ਲੱਗਦਾ ਸਟਾਰ ਵਾਲਾ। ਅੱਛਾ, ਮੈਂ ਉਵੇਂ ਹੀ ਠੀਕ ਆ। ਪਰ ਤੁਸੀਂ ਪੋਇਟਰੀ ਜ਼ਿਆਦਾ, ਤੁਹਾਡੀ ਮੋਟੀਵੇਸ਼ਨਲ ਪੋਇਟਰੀ ਹੁੰਦੀ ਹੈ, ਤੁਹਾਡੀ ਆਪਦੀਆਂ ਐਕਸਪੀਰੀਅੰਸਿਸ ਤੁਸੀਂ ਸ਼ੇਅਰ ਕਰਦੇ ਹੋ, ਸੋ ਕਿੰਨਾ ਥੋਟ ਜਾਂਦਾ ਹੈ? ਬਿਕੋਜ਼ ਇੰਸਟਾ 'ਤੇ ਜਾਂ ਟਿਕਟੋਕ ਯਾਰ ਇਹ ਸਾਰਾ ਕੁਛ, ਤਾਂ ਕਿੰਨਾ ਤੁਸੀਂ ਥੋਟ ਪਾਉਂਦੇ ਹੋ ਕਿ ਮੈਂ ਹੁਣ ਰਿਸਪੋਂਸਿਬਿਲਿਟੀ ਲੈਣਾ ਕਿ ਜੋ ਮੈਂ ਕਰ ਰਿਹਾ ਉਸ ਚੀਜ਼ ਦੀ, ਕਿੰਨਾ ਰਿਸਪੋਂਸਿਬਲ ਕੰਟੈਂਟ ਪਾਉਂਦੇ ਹੋ? ਪਹਿਲਾਂ ਤਾਂ ਜਦੋਂ ਸਟਾਰਟ ਕੀਤਾ ਸੀ ਉਦੋਂ ਤਾਂ ਨਹੀਂ ਸੀਗੇ ਇੰਨੇ ਰਿਸਪੋਂਸੀਬਲ, ਹੈ ਨਾ, ਕਿਉਂਕਿ ਜੋ ਵੀ ਸੋਚਿਆ ਉਹ ਪਾਤਾ। ਹੁਣ ਤਾਂ ਜਦੋਂ ਕਾਫੀ ਜ਼ਿਆਦਾ ਜਾਣੇ ਜੁੜ ਗਏ ਨਾਲ, ਫਿਰ ਹੁਣ ਰਿਸਪੋਂਸੀਬਿਲਿਟੀ ਇਹ ਹੈ ਕਿ ਮੈਂ ਕੁਛ ਰਿਪੀਟ ਨਾ ਕਰਾਂ, ਜਾਂ ਕੁਛ ਵੀ ਇਹੋ ਜਿਹਾ ਯੂਥ ਨੂੰ ਜਾਂ ਜੋ ਵੀ ਮੈਨੂੰ ਸੁਣ ਰਿਹਾ ਉਹਨੂੰ ਨੈਗੇਟਿਵ ਵੇਚ ਨਾ, ਐਂਡ 'ਚ ਮੈਸੇਜ ਪੋਜ਼ਿਟਿਵ ਹੀ ਹੋਵੇ। ਸੋ ਥੋਟ ਪ੍ਰੋਸੈਸ ਤਾਂ ਕਾਫੀ ਹੈ, ਕਿਉਂਕਿ ਟੋਪਿਕ ਅੱਜ ਕੱਲ੍ਹ ਲਿਖ ਬਹੁਤ ਰਹੇ ਆ, ਬਹੁਤ ਜਾਣੇ ਜ਼ਿਆਦਾ ਲਿਖ ਰਹੇ ਆ ਅਤੇ ਕਿਸੇ ਵੀ ਚੀਜ਼ 'ਤੇ ਲਿਖ ਦਿੰਦੇ ਆ। ਤੁਹਾਡਾ ਇੰਟਰਸਟ ਕੀ ਹੁੰਦਾ, ਤੁਸੀਂ ਜ਼ਿਆਦਾਤਰ ਕੀ ਸ਼ੇਅਰ ਕਰਨਾ ਚਾਹੁੰਦੇ ਹੋ? ਹੋਪ ਇਨ ਐਵਰੀਥਿੰਗ, ਹੈ ਨਾ, ਵੀ ਹਮੇਸ਼ਾ ਇੱਕ ਉਮੀਦ ਹੀ ਹੋਵੇ। ਜੇ ਤੁਹਾਡੀ ਇੱਕ ਸੈਡ ਵੀਡੀਓ ਵੀ ਹੈ, ਉਹ ਜੇ ਐਂਡ ਤੱਕ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਐਂਡ 'ਚ ਜਾ ਕੇ ਇੱਕ ਸੋਹਣੀ ਗੱਲ ਹੀ ਹੋਊਗੀ ਹਰੇਕ 'ਚ। ਹਰ ਗੱਲ ਤੁਹਾਡੀ ਹੋਪ ਹੋਪ ਹੀ ਹੈ। ਹਾਂਜੀ, ਹੋਪ ਨਾਲ ਹੁੰਦੀ ਹੈ। ਰਾਈਟ, ਅਤੇ ਤੁਸੀਂ ਕਿੰਨਾ ਫ੍ਰੀਕੁਐਂਟਲੀ ਪਾਉਂਦੇ ਹੋ, ਕਿੰਨਾ ਫ੍ਰੀਕੁਐਂਟਲੀ? ਸਾਰਾ ਦਿਨ ਕੈਮਰਾ ਔਨ ਤਾਂ ਨਹੀਂ ਰਹਿੰਦਾ ਵੀ ਸਵੇਰ ਤੋਂ ਗੁੱਡ ਮਾਰਨਿੰਗ ਮੈਂ ਕੈਮਰਾ ਔਨ ਕਰ ਲਿਆ ਅਤੇ ਰਾਤੀ ਗੁੱਡ ਨਾਈਟ, ਉੱਥੇ ਤਾਂ ਨਹੀਂ ਹੁੰਦੀ? ਮੈਨੂੰ ਸਲਾਹ ਤਾਂ ਬਹੁਤ ਜਾਣੇ ਦਿੰਦੇ ਆ ਕਿ ਐਵੇਂ ਹੀ ਕਰਨਾ ਪੈਂਦਾ, ਨਹੀਂ ਤਾਂ ਗੱਡੀ ਚੱਲਦੀ ਨਹੀਂ, ਬਟ ਮੈਂ ਨਹੀਂ, ਮੈਂ ਓਪੋਜ਼ਿਟ ਹਾਂ ਇਹਦੇ। ਅੱਛਾ, ਮੈਂ ਮਹੀਨੇ 'ਚ 2-3 ਪੋਸਟ ਕਰਦਾ, ਤੋ ਬਸ ਰੱਬ ਦੀ ਇੰਨੀ ਕੁ ਮਿਹਰ ਹੈ ਕਿ ਉਹ ਕਾਫੀ ਵਾਇਰਲ ਹੋ ਜਾਂਦੀਆਂ। ਹੁਣ ਤਾਂ ਟਿਕਟੋਕ ਹੋ ਗਈ, ਟਿਕਟੋਕ 'ਤੇ ਤਾਂ ਮੈਂ ਕਰ ਦਿੰਦਾ 2 ਦਿਨਾਂ ਬਾਅਦ, ਬਟ ਉਹ ਜਿਵੇਂ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਮਾਰਨਿੰਗ ਐਂਡ ਗੁੱਡ ਨਾਈਟ, ਨਹੀਂ ਹੋ ਰਹੀ, ਮੈਂ ਕੀਤਾ ਉਹ ਤੁਸੀਂ ਕਦੇ ਨਹੀਂ ਕੀਤਾ ਅਤੇ ਉਹ ਕਦੇ ਸੋਚਿਆ? ਜ਼ਰੂਰਤ ਨਹੀਂ ਮਹਿਸੂਸ ਹੁੰਦੀ ਹਜੇ ਵੀ? ਨਹੀਂ, ਉਹਦੀ ਜ਼ਰੂਰਤ, ਉਹਦੀ ਕਦੇ ਵੀ ਨਹੀਂ ਜ਼ਰੂਰਤ ਹੁੰਦੀ ਜੀ। ਉਹ ਤਾਂ ਬੰਦਾ ਆਪ ਨੂੰ ਲੱਗਣ ਲੱਗ ਪੈਂਦਾ ਕਿ ਆਪਦੇ ਆਪ ਨੂੰ ਆਪ ਹੀ ਫੀਲਿੰਗਸ ਹੀ ਲੈਣਾ, ਫੀਲਿੰਗ ਲੈਣ ਲੱਗ ਜਾਂਦਾ। ਪਰ ਰੋਬਿਨ, ਮੈਂ ਤੁਹਾਨੂੰ ਪੁੱਛ ਰਹੀ ਸੀ ਕਿੰਨਾ ਕੁ ਵਰਚੁਅਲ ਵਰਲਡ ਰੀਅਲ ਵਰਲਡ ਆ ਯਾਰ, ਕਿਉਂਕਿ ਰੀਅਲ ਵਰਲਡ ਹੀ ਵਰਚੁਅਲ ਬਣ ਗਿਆ ਅਤੇ ਰੀਅਲ ਵਰਲਡ ਮੈਨੂੰ ਨਹੀਂ ਲੱਗਦਾ ਅਸੀਂ ਬਾਹਰ ਜਾ ਕੇ ਦੇਖ ਸਾਡੇ ਫਰੈਂਡਸ 5,000-10,000 ਫੇਸਬੁੱਕ ਦੇ ਹੋ ਸਕਦੇ ਆ, ਬਾਹਰ ਪਤਾ ਨਹੀਂ ਇੱਕ ਵੀ ਸੱਚਾ ਫਰੈਂਡ ਹੈ ਕਿ ਨਹੀਂ ਹੈਗਾ। ਉਹੀ ਜ਼ਰੂਰੀ ਹੈ, ਵਰਚੁਅਲ ਵਰਲਡ ਕਾਫੀ ਜ਼ਿਆਦਾ ਆਪਾਂ ਮਤਲਬ ਇੱਕ ਆਪਾਂ ਜੋ ਵਰਚੁਅਲ ਵਰਲਡ 'ਚ ਜੀ ਰਹੇ ਹਾਂ ਉੱਥੇ ਜ਼ਿੰਦਗੀ ਜੀ ਰਹੇ ਹਾਂ, ਉਹ ਸ਼ਾਇਦ ਬਹੁਤ ਜਾਣੇ ਰੀਅਲ ਲਾਈਫ 'ਚ ਨਹੀਂ ਜੀਦੇ। ਸੋ ਉੱਥੇ ਰਿਪ੍ਰਜੈਂਟ ਆਪਾਂ ਕੁਛ ਹੋਰ ਕਰ ਰਹੇ ਹਾਂ, ਬਟ ਇਨ ਰਿਐਲਿਟੀ ਕੁਛ ਜ਼ਿੰਦਗੀ ਹੋਰ ਚੱਲ ਰਹੀ ਹੈ। ਸੋ ਉਹ ਸਹੀ ਨਹੀਂ ਗਾ, ਉਹਦੇ ਨਾਲ ਐਵੇਂ ਹੁੰਦਾ ਕਿਉਂਕਿ ਤੁਸੀਂ ਜੋ ਜ਼ਿੰਦਗੀ ਉੱਥੇ ਦਿਖਾ ਰਹੇ ਹੋ ਉਹਦੇ ਨਾਲ ਤੁਹਾਨੂੰ ਪਤਾ ਨਹੀਂ ਕੀ ਕੀ ਕਰਨਾ ਪੈ ਰਿਹਾ, ਤਾਂ ਤੁਸੀਂ ਆਪਦੀ ਨੋਰਮਲ ਲਾਈਫ ਨੂੰ ਵੀ ਖਰਾਬ ਕਰ ਰਹੇ ਹੋ ਉਸ ਚੀਜ਼ ਕਰਕੇ। ਹਾਂਜੀ, ਪਰ ਟੈਕਨੋਲੋਜੀ ਦੇ ਫਾਇਦੇ ਵੀ ਹੈ, ਸੋਸ਼ਲ ਮੀਡੀਆ ਵੀ ਕੈਨੋਟ ਇਗਨੋਰ ਵੀ, ਇਹਦਾ ਕੋਈ ਫਾਇਦਾ ਨਹੀਂ ਹੈਗਾ, ਫਰੈਂਡਸ ਇਕੱਠੇ ਹੋਏ, ਦੁਨੀਆ ਛੋਟੀ ਹੋਈ ਆ, ਪਰ ਉਹ ਤੁਹਾਡੇ 'ਤੇ ਆ ਵੀ ਤੁਸੀਂ ਕਿੱਦਾਂ ਉਹਨੂੰ ਯੂਟੀਲਾਈਜ਼ ਕਰਦੇ ਹੋ, ਤੁਸੀਂ ਪਰਸਨਲੀ ਕਿੱਦਾਂ ਫੀਲ ਕਰਦੇ ਹੋ? ਫੋਰ ਸ਼ੋਰ, ਟੈਕਨੋਲੋਜੀ ਮੈਨੂੰ ਤਾਂ ਕਾਫੀ ਫਾਇਦੇਮੰਦ ਹੈ,
ਪਰ ਉਹਨੂੰ ਫਾਇਦਾ ਤਾਂ ਆਪਾਂ ਐਂ ਲੈ ਸਕਦੇ ਹਾਂ ਨਾ, ਆਪਾਂ ਕਿਸੇ ਵੀ, ਕਿਉਂਕਿ ਇੱਕ ਸੋਸ਼ਲ ਇਨਫਲੂਐਂਸਰ ਕੀ ਚੀਜ਼ ਹੈ, ਜਦੋਂ ਮੈਂ ਪੋਸਟ ਕਰਦਾ ਕੋਈ ਮੇਰੇ ਪੇਜ 'ਤੇ ਆਵੇ ਉੱਥੋਂ ਖੁਸ਼ ਹੋ ਕੇ ਜਾਵੇ, ਨਾ ਕਿ ਉਹ ਉੱਥੋਂ ਦੇਖ ਕੇ ਜਾਵੇ ਵੀ ਹਾਂ ਯਾਰ ਇਹਨੇ ਤਾਂ ਐਵੇਂ ਫੋਟੋਆਂ ਪਾਈਆਂ ਹੋਈਆਂ, ਮੇਰੀ ਲਾਈਫ ਤਾਂ ਐਵੇਂ ਚੱਲ ਨਹੀਂ ਰਹੀ, ਇਹਦੀ ਤਾਂ ਲਾਈਫ ਬੜੀ ਵਧੀਆ, ਸੋ ਦੈਟਸ ਨਾਟ, ਉਹ ਸੋਸ਼ਲ ਇਨਫਲੂਐਂਸਰ ਨਹੀਂ ਗਾ, ਉਹ ਠੀਕ ਹੈ ਉਹ ਪੋਸਟ ਕਰ ਰਿਹਾ, ਬਟ ਉਹ ਸੋਸ਼ਲ ਇਨਫਲੂਐਂਸਰ ਹੋਇਆ ਕਿ ਤੁਹਾਡਾ ਕੋਈ ਪੇਜ 'ਤੇ ਆਇਆ ਸੈਡ ਆਇਆ ਤੇ ਇੱਕ ਹੋਪ 'ਚ ਗਿਆ ਕਿ ਨਹੀਂ ਮੈਂ ਵੀ ਕੁਛ ਕਰ ਸਕਦਾ। ਰਾਈਟ, ਤੇ ਤੁਹਾਡੇ ਪੇਰੈਂਟਸ ਫੋਲੋ ਕਰਦੇ ਨੇ, ਉਹਨਾਂ ਦਾ ਹੈਗਾ ਅਕਾਊਂਟ ਜਾਂ ਬਣਾਤਾ ਹੈ ਤੁਸੀਂ ਹੁਣ? ਨਹੀਂ, ਮੇਰੇ ਹੈਗਾ ਫਾਦਰ ਦਾ ਹੈਗਾ ਅਕਾਊਂਟ, ਹਾਂਜੀ। ਤੇ ਫੋਲੋ ਕਰਦੇ ਆ ਕਿਉਂਕਿ ਜ਼ਿਆਦਾਤਰ ਯੰਗਸਟਰਸ ਕੀ ਕਰਦੇ ਆ, ਆਪਣੇ ਪੇਰੈਂਟਸ ਨੂੰ ਨਹੀਂ ਐਡ ਕਰਦੇ ਕਿਤੇ। ਨਹੀਂ ਨਹੀਂ ਫੋਲੋ ਕਰਦੇ ਆ, ਉਹ ਫੇਸਬੁੱਕ ਉਹੀ ਐਡਮਿਨ ਹੈ ਮੇਰੇ ਪੇਜ ਦਾ। ਅੱਛਾ, ਉਹ ਐਡਮਿਨ ਹੈ ਤੁਹਾਡੇ? ਦੈਟਸ ਇੰਟਰਸਟਿੰਗ। ਮੈਂ ਤੇ ਮੇਰੇ ਫਾਦਰ ਉਹਨੇ ਐਡਮਿਨ ਹੈ ਤੇ ਉਹ ਮੈਸੇਜ ਦੇ ਰਿਪਲਾਈ ਉਹ ਜ਼ਿਆਦਾਤਰ ਉਹੀ ਕਰਦੇ। ਅੱਛਾ, ਜ਼ਿਆਦਾਤਰ ਉਹਨਾਂ ਦਾ ਰਿਪਲਾਈ ਆ ਰਿਹਾ ਹੁੰਦਾ ਹੈ? ਉਹੀ ਕਿ ਮਤਲਬ ਮੇਰੇ ਤੋਂ, ਮਤਲਬ ਆਈਡੀ ਤਾਂ ਮੇਰੀ ਚੱਲਦੀ ਹੈ ਬਸ ਰਿਪਲਾਈ ਉਹ ਕਰਦੇ। ਰਿਪਲਾਈ ਉਹ ਕਰਦੇ, ਜ਼ਿਆਦਾ ਜਾਣੇ ਨੂੰ ਪਤਾ ਨਹੀਂ, ਕੁੜੀਆਂ ਨੂੰ ਨਹੀਂ ਪਤਾ ਕਿ ਜ਼ਿਆਦਾਤਰ ਰੌਬਿਨ ਨਹੀਂ ਕਰਦੇ ਹੋ। ਅੱਛਾ, ਉਹਨਾਂ ਨੂੰ ਪਤਾ ਹੈ ਵੀ ਕੁੜੀਆਂ ਦਾ ਰੌਬਿਨ ਹੀ ਕਰੂਗਾ। ਨਹੀਂ, ਹਾਂ ਉਹ ਕਹਿੰਦੇ। ਸੋ ਕੁੜੀਆਂ ਨੂੰ ਦੱਸਿਆ ਹੋਇਆ ਤੁਸੀਂ ਜ਼ਿਆਦਾਤਰ ਫੈਨਸ ਜਿਹੜੀਆਂ ਤੁਹਾਡੀ ਕੁੜੀਆਂ ਨੇ? ਨਹੀਂ, ਮੈਨੂੰ, ਮੈਂ ਤਾਂ ਕਿਸੇ ਨੂੰ ਐਵੇਂ ਜਾ ਕੇ ਦੱਸਿਆ ਨਹੀਂ ਗਾ ਮੈਸੇਜ ਕਿ ਹਾਂ ਵੀ ਕਦੇ ਕਦੇ ਰਿਪਲਾਈ ਮੇਰੇ ਕਾਫੀ ਮੈਸੇਜ ਆਉਂਦੇ ਰਹਿੰਦੇ ਕਿ ਆਪਾਂ ਅੱਜ ਮਿਲਦੇ ਆ ਮੇਰੇ ਘਰੇ ਆ ਕੇ ਮਿਲੀਏ ਜਾਂ ਤੇ ਕਾਫੀ ਮੈਸੇਜ ਆਉਂਦੇ, ਹੁਣ ਜ਼ਿਆਦਾ ਹੁਣ ਲੱਭੇ ਥੋੜ੍ਹੇ ਪਤਾ ਨਹੀਂ ਕਾਹਤੋਂ, ਬਟ ਜਦੋਂ ਕਿਤੇ ਪਾਰਟੀ ਵਗੈਰਾ ਤੇ ਜਾਂਦੇ ਆ ਤਾਂ ਉਦੋਂ ਕਾਫੀ ਇੰਟਰੈਕਟ ਹੁੰਦਾ, ਬਹੁਤ ਜਾਣੇ ਮਿਲਦੇ ਆ ਤੇ ਇਹ ਸਾਲ ਬਸਾਲ ਵਧ ਹੀ ਜਾਂਦਾ। ਪਹਿਲਾਂ ਹਾਂਜੀ ਜਦੋਂ ਇੱਥੇ ਆਏ ਆਏ ਸੀ ਉਦੋਂ ਦੋ ਕੁ ਜਾਣੇ ਮਿਲਦੇ ਹੁੰਦੇ ਸੀ, ਰੋਹੜੀ 20 ਹੋਏ ਹੁਣ। ਇਹਦੇ ਕਰਕੇ ਹੋਇਆ ਸਾਰਾ ਕੁਛ ਵੀ, ਇੰਨੇ ਸਾਰੇ ਦੋਸਤ ਬਣ ਜਾਂਦੇ, ਝੱਟ ਬਣ ਜਾਂਦੇ ਨਾਲੇ ਸੋਸ਼ਲ ਮੀਡੀਆ ਕਰਕੇ। ਸੋਸ਼ਲ ਮੀਡੀਆ ਦੇਖਦੇ ਰੋਜ਼ ਚਿਹਰਾ ਦੇਖਦੇ ਆ, ਉਹ ਫਿਰ ਉਹ ਫੈਮਿਲੀਅਰ ਹੋ ਜਾਂਦੇ ਆ। ਉਹ ਰਿਲੇਟ ਵੀ ਕਰਦੇ ਆ? ਰਿਲੇਟ ਹਮੇਸ਼ਾ ਮੇਰੇ ਵੀਡੀਓਸ 'ਤੇ ਇਹੀ ਕਮੈਂਟ ਆਉਂਦਾ ਹੈ ਕਿ ਸਾਨੂੰ ਐਵੇਂ ਲੱਗ ਰਿਹਾ ਕਿ ਕਿਤੇ ਸਾਡੀ ਹੀ ਗੱਲ ਕਰ ਰਹੇ। ਸੋ ਉਹ ਮੈਨੂੰ ਪਤਾ ਨਹੀਂ ਕਿਵੇਂ ਹੋ ਰਿਹਾ, ਅਤੇ ਮੈਂ ਐਵੇਂ ਹੀ ਲਿਖਿਆ ਸੀ ਕਿ ਮੈਂ ਖੁਦ ਲਈ ਹੀ ਲਿਖਿਆ ਸੀ, ਪਰ ਲੋਕਾਂ ਨੇ ਆਪਦੇ ਨਾਲ ਰਿਲੇਟ ਕਰ। ਦੱਸੋ ਸਾਨੂੰ ਲਿਖਿਆ ਕੀ ਸੀ ਤੁਸੀਂ ਬੇਸਿਕਲੀ, ਕਿਹਦੇ ਕਰਕੇ ਇੰਨਾ ਜ਼ਿਆਦਾ ਵਾਇਰਲ ਹੋਏ, ਕਿਹਦੇ ਕਰਕੇ ਸਾਰੇ ਜਣੇ ਕਹਿੰਦੇ ਵੀ ਅਸੀਂ ਰਿਲੇਟ ਕਰਦੇ ਹਾਂ ਰੌਬਿਨ ਨਾਲ? ਇਹ ਮੈਮ, ਮੇਰੇ ਦਾਦਾ ਜੀ ਲਿਖਦੇ ਸੀ ਪਹਿਲਾਂ ਤਾਂ। ਅੱਛਾ, ਹਾਂਜੀ, ਅਤੇ ਫਾਦਰ ਸਾਹਿਬ ਮੇਰੇ ਗਾਉਂਦੇ ਹੁੰਦੇ ਸੀ, ਪਰ ਦੋਨਾਂ ਨੇ ਕੁਛ ਆਫੀਸ਼ੀਅਲੀ ਕੀਤਾ ਨਹੀਂ। ਅੱਛਾ, ਸੋ ਮੈਂ ਉਹਨਾਂ ਦਾ ਪ੍ਰੋਡਕਟ ਹੀ ਕਹਿ ਲਓ ਤੁਸੀਂ, ਅਤੇ ਉਹਨਾਂ ਦੋਨਾਂ ਦਾ ਕੰਮ ਕਰਨਾ ਹੁਣ ਮੈਂ। ਅੱਛਾ, ਗਾਉਣਾ ਵੀ ਹੈ ਅਤੇ ਲਿਖਣਾ ਵੀ ਹੈ, ਜੋ ਤੁਸੀਂ ਕਰਦੇ ਹੋ ਆਲਰੇਡੀ। ਹਾਂਜੀ, ਅਤੇ ਇੰਨੇ ਲੋਕ ਕਨੈਕਟ ਕਿਵੇਂ ਹੋਵੇ ਤਾਂ ਨਹੀਂ ਮੈਨੂੰ ਪਤਾ, ਮੈਂ ਤਾਂ ਜੋ ਨੋਰਮਲ ਮੈਨੂੰ ਜੋ ਲੱਗ ਰਿਹਾ ਸੀ ਉਹ ਮੈਂ ਲਿਖਿਆ, ਅਤੇ ਪਰ ਇੱਕ ਆਮ ਜੇ ਮੁੰਡੇ ਦੀ ਗੱਲਾਂ ਲਿਖੀਆਂ ਮੈਂ, ਐਵੇਂ ਨਹੀਂ ਕਿਹੜਾ ਜਿਹੜਾ ਬੜਾ ਹਾਈ ਫਾਈ ਮੁੰਡਾ ਜਿਹਦੇ ਕੋਲ ਤਕੜੀਆਂ ਗੱਡੀਆਂ, ਉਹ ਨਹੀਂ ਮੈਂ ਲਿਖਿਆ, ਇੱਕ ਆਮ, ਕਿਉਂਕਿ ਆਮ ਮੁੰਡਿਆਂ ਦਾ ਘੱਟ ਕਿਸੇ ਨੇ ਲਿਖਿਆ ਸੀਗਾ, ਉਹ ਮੈਂ ਲਿਖਿਆ, ਅਤੇ ਫਿਰ ਤੁਹਾਨੂੰ ਯਾਦ ਆ? ਕਾਫੀ ਕੁਛ ਯਾਦ ਆ ਮੈਮ, ਅਤੇ ਜਿਵੇਂ ਆਮ ਜਿਹਾ ਲਿਖਿਆ ਸੀ ਇੱਕ ਕਿ ਇਹ ਲੋਕਾਂ ਨੂੰ ਸੁਣਾਉਣ ਨੂੰ ਤਾਂ ਲਿਖਿਆ ਨਹੀਂ ਸੀ, ਇਹ ਤਾਂ ਖੁਦ ਦਾ ਦਿਲ ਖਾਲੀ ਕਰਨ ਨੂੰ ਲਿਖਦੇ ਸੀ, ਲਿਖਣ ਤਾਂ ਉਸ ਵੇਲੇ ਦੇ ਲੱਗੇ ਹਾਂ ਸੱਜਣਾ ਜਦੋਂ ਅਸੀਂ ਸਕੂਲ ਦੇ ਕੋਰੀਡੋਰਾਂ 'ਚ ਲਿਖਦੇ ਸੀ, ਇਹ ਤੁਹਾਨੂੰ ਸਭ ਨੂੰ ਸੁਣਾਉਣ ਨੂੰ ਤਾਂ ਲਿਖਿਆ ਹੀ ਨਹੀਂ ਸੀ, ਪਰ ਰੱਬ ਨੇ ਸਬੱਬ ਬਣਾ ਦਿੱਤਾ, ਇਹ ਇਕੱਲਾ ਮੇਰਾ ਨਹੀਂ ਗਾ, ਮੈਥੋਂ ਤੁਹਾਡਾ ਵੀ ਦੁੱਖ ਲਿਖਾ ਦਿੱਤਾ, ਜਿਹੜਾ ਅੱਜ ਤੁਸੀਂ ਸੁਣੀਆਂ ਲਿਖੀਆਂ ਕਾਫੀ ਪਹਿਲਾਂ ਦੀਆਂ ਨੇ, ਅਸੀਂ ਕੁੱਲੀਆਂ ਵਾਲੀਆਂ ਸੱਜਣਾ, ਸਾਡੇ ਕੋਲ ਨਾਲ ਗੱਲਾਂ ਮਹਿਲਾਂ ਦੀਆਂ ਨੇ। ਬਹੁਤ ਸੋਹਣਾ ਹੈ, ਬਹੁਤ ਜ਼ਿਆਦਾ ਥੋਟਫੁਲ ਲਿਖਿਆ। ਸੋ ਬੇਸਿਕਲੀ ਇੱਦਾਂ ਦੇ ਲਿਖਦੇ ਹੋ ਆਪਣੇ, ਜਾਂ ਜੋ ਵੀ ਦਿਮਾਗ 'ਚ ਸਵੇਰੇ ਉੱਠ ਕੇ ਆਉਂਦਾ ਹੈ, ਕੋਈ ਵਿਚਾਰ, ਕੋਈ ਕੋਈ ਗੱਲਬਾਤ? ਕਾਫੀ ਜ਼ੋਨਰ 'ਚ ਲਿਖਦਾ ਮੈਂ, ਇੱਕ ਵੇਰੀਏਸ਼ਨ ਲਿਆਉਣ ਦੀ ਟਰਾਈ ਕਰਦਾ, ਅਤੇ ਪਿਆਰ ਅਤੇ ਪੋਇਟਰੀ, ਰਿਲੇਸ਼ਨਸ਼ਿਪਸ 'ਤੇ ਬੇਸਿਕਲੀ ਜਿਹੜੇ ਟੋਪਿਕ ਕਹਿ ਲਓ ਪੰਜਾਬੀ ਕਿਸੇ ਨੇ ਲਿਖੇ ਨਹੀਂ ਗਏ ਉਹ ਮੈਂ ਟਰਾਈ ਕਰਦਾ, ਕਿਉਂਕਿ ਮੈਂ ਜ਼ਿਆਦਾ ਇੰਗਲਿਸ਼ ਸੌਂਗਸ ਅਤੇ ਇੰਗਲਿਸ਼ ਬੁੱਕਸ ਪੜ੍ਹਦਾ, ਸੋ ਮੈਂ ਵੇਖਦਾ ਕਿਤੇ ਆਪਾਂ ਨੂੰ ਆਪਣੀ ਕਿਸੇ ਉਹ ਚੀਜ਼ਾਂ ਲਿਖੀਆਂ ਨਹੀਂ ਕਿਸੇ ਨੇ, ਸੋ ਮੈਨੂੰ ਲੱਗਦਾ ਵੀ ਵਾਈ ਨੋਟ। ਅਤੇ ਤੁਹਾਨੂੰ ਲੱਗਦਾ ਕਿ ਜਿਹੜੇ ਸਟੂਡੈਂਟਸ ਵੀ ਇੱਥੇ ਆਉਂਦੇ ਆ, ਜਿਹੜੇ ਲੋਕ ਇੰਡੀਆ ਤੋਂ, ਪੰਜਾਬ ਤੋਂ ਜਿਹੜੇ ਆ ਰਹੇ ਨੇ, ਇਕੱਲੇ ਇਕੱਲੇ ਵੀ ਹੈਗੇ ਆ, ਸੋ ਇੱਕ ਤਰ੍ਹਾਂ ਦਾ ਇੱਕ ਮੀਡੀਅਮ ਹੋ ਜਾਂਦਾ ਜਿੱਥੇ ਸਾਰੇ ਕਨੈਕਟ ਕਰ ਲੈਂਦੇ ਇੱਕ ਦੂਜੇ ਨੂੰ, ਪਤਾ ਹੋਵੇ ਸਾਡੇ ਵਰਗਾ ਬੰਦਾ, ਸਾਡਾ ਬੰਦਾ, ਤੁਸੀਂ ਗੰਗਾਨਗਰ ਤੋਂ, ਸ਼੍ਰੀ ਗੰਗਾਨਗਰ ਤੋਂ ਹੈਗੇ ਹੋ, ਅਤੇ ਇੱਦਾਂ ਉਹਨਾਂ ਨੂੰ ਲੱਗਦਾ ਹੋਏਗਾ ਵੀ ਸਾਡੇ ਵਰਗੀ ਕੋਈ ਗੱਲ ਕਰ ਰਿਹਾ, ਵੀ ਆਪਣਾ ਦੋਸਤ ਬਣ ਸਕਦਾ। ਇਹਦੇ ਵਿੱਚ ਮੈਂ ਲਿਖਿਆ ਸੀ ਕਿ ਇਕੱਲੇ ਇਕੱਲੇ ਪੁੱਤਾਂ ਵਾਲੇ, ਸੰਘਣਿਆਂ ਰੁੱਖਾਂ ਵਾਲੇ, ਵਿਹੜਿਆਂ 'ਚ ਸੁਣ ਜੇਸ਼ ਆ ਗਈ, ਆ ਗਏ ਵਲੈਤੀ ਸਾਰੇ, ਸਭ ਦੇ ਹਮੈਤੀ ਬਾਰੇ, ਜਿੰਦ ਇਕੱਲਿਆਂ ਨੂੰ ਜੀਣੀ ਹੁਣ ਆ ਗਈ। ਸੋ ਜਦੋਂ ਇਹੋ ਜਿਹੀਆਂ ਗੱਲਾਂ ਪਾਉਂਦੇ ਹਾਂ ਤਾਂ ਜਿਵੇਂ ਇਕੱਲੇ ਇਕੱਲੇ ਪੋਤੀ ਆਏ ਜੀ, ਇਕੱਲੀਆਂ ਇਕੱਲੀਆਂ ਧੀਆਂ ਆਈਆਂ, ਤਾਂ ਰਿਲੇਟ ਕਾਫੀ ਕਰਦੇ ਆ ਕਿ ਆਪਣੇ ਵਰਗਾ ਹੀ ਮੁੰਡਾ, ਆਪਣੀਆਂ ਵਰਗੀਆਂ ਹੀ ਗੱਲਾਂ ਕਰੀ ਜਾਂਦਾ, ਅਤੇ ਇਹਨੂੰ ਕਿਉਂ ਨਾ ਸੁਣਿਆ ਜਾਵੇ। ਸੋ ਗੁੱਡ ਹੈ, ਮਤਲਬ ਤੁਸੀਂ ਇੰਸਟਾ ਦਾ ਜਿਹੜਾ ਜਾਂ ਤੁਸੀਂ ਸੋਸ਼ਲ ਮੀਡੀਆ ਦਾ ਜਿਹੜੀ ਵਰਤੋਂ ਉਹ ਠੀਕ ਕਰ ਰਹੇ ਹੋ, ਪਰ ਕਈ ਪਾਸੇ ਗਨ ਲੈ ਕੇ ਵੀ ਫੋਟੋਆਂ ਜਿਹੜੀਆਂ ਕਰਵਾਈਆਂ ਜਾਂਦੀਆਂ ਨੇ, ਜਿਹੜੇ ਗੱਡੀਆਂ ਦੇ ਮੂਹਰੇ ਖੜ੍ਹੇ ਹੋ ਕੇ ਅਤੇ ਮੁੱਛਾਂ ਨੂੰ ਅੱਟ ਦੇ ਕੇ, ਠੀਕ ਹੈ ਉਹ ਇੱਕ ਅੱਡ ਫੇਸ ਆ ਲਾਈਫ ਦਾ,
ਜੇ ਉਹ ਆਓ ਆਪਦੀ ਲਾਈਫ ਨੂੰ ਐਵੇਂ ਰਿਪ੍ਰੈਜ਼ੈਂਟ ਕਰਨਾ ਚਾਹੁੰਦਾ ਤਾਂ ਬੜੀ ਚੰਗੀ ਗੱਲ ਆ। ਗੱਡੀਆਂ ਦਾ ਤਾਂ ਸਾਰਿਆਂ ਨੂੰ ਸ਼ੌਂਕ ਹੁੰਦਾ ਥੋੜ੍ਹਾ ਜਿਹਾ ਗੰਨ ਵਾਲਾ, ਕਰਦੇ ਹੋ ਤੁਸੀਂ ਵੀ? ਤੁਸੀਂ ਤਾਂ ਨਹੀਂ ਕੀਤੀ ਕੋਈ ਗੱਲ ਲੈ ਕੇ ਤੇਰੀ ਭਾਈ ਨਹੀਂ ਗੱਲ ਨਹੀਂ ਭਾਈ ਗੱਡੀ ਨਾਲ ਤਾਂ ਅੱਛਾ ਗੱਡੀਆਂ ਦਾ ਤਾਂ ਸ਼ੌਂਕ ਹੁੰਦਾ ਹੀ ਆ, ਕਈ ਵਾਰੀ ਗੰਨ ਵਾਲਾ ਥੋੜ੍ਹਾ ਜਿਹਾ ਵਾਇਲੈਂਟ ਹੋ ਜਾਂਦਾ। ਓਕੇ ਹਾਂਜੀ, ਪਰ ਇੰਸਟਾ ਵਾਲਿਆਂ ਨੂੰ ਜਾਂ ਜਿਹੜੇ ਟਿਕਟੋਕ ਸਟਾਰ, ਇੱਕ ਨਵਾਂ ਟਰਮ ਆ ਗਿਆ ਇੱਕ ਟਿਕਟੋਕ ਸਟਾਰਸ, ਇੰਸਟਾ ਸਟਾਰਸ, ਇਹਨਾਂ ਨੂੰ ਕ੍ਰਿਟਿਸਿਜ਼ਮ ਇਹ ਹੈ ਕਿ ਬਹੁਤ ਛੇਤੀ ਸ਼ੋਹਰਤ ਮਿਲ ਰਹੀ ਹੈ, ਕਿੱਥੇ ਲੋਕ ਸਾਰਾ ਟਾਈਮ ਕੰਮ ਕਰਦੇ ਨੇ, ਐਕਟਰਸ ਵੀ ਕੰਮ ਕਰਦੇ ਨੇ, ਆਰਟਿਸਟ ਯਾਰ ਨੋਰਮਲ ਲੋਕ, ਅਤੇ ਫਿਰ ਜਾ ਕੇ ਕਿਤੇ ਪਾਪੂਲਰ ਹੁੰਦੇ ਆ, ਅਤੇ ਇਹ ਬਣੇ ਬਣਾਏ ਗਾਣਿਆਂ 'ਤੇ ਲਿਪਸਿੰਗ ਕਰਕੇ ਪਾਪੂਲਰ ਹੋ ਜਾਂਦੇ ਨੇ? ਇਹ ਤਾਂ ਜੀ ਸਹੀ, ਸਾਰੇ ਇਹੀ ਸੋਚ ਰਹੇ ਆ ਨਾ ਵੀ ਇਹ ਕਿਵੇਂ ਚੱਲ ਰਿਹਾ ਹੁਣ, ਕਿਉਂਕਿ ਵਾਇਰਲ ਕਾਫੀ ਪਲੇਟਫਾਰਮ ਹੈ ਟਿਕਟੋਕ 'ਤੇ, ਉਹ ਲਿਪਸਿੰਗ ਕਰਨਾ, ਲਿਪਸਿੰਗ ਟੈਲੈਂਟ ਤਾਂ ਚਲੋ ਹੈਗਾ, ਮਿਹਨਤ ਲੱਗਦੀ ਹੈ ਨਾ, ਯਾਦ ਕਰਨਾ ਔਖਾ ਨਾ ਸੌਂਗ, ਦੈਟਸ ਇਟ, ਬਟ ਉਹ ਤੁਸੀਂ ਲਿਖਿਆ ਨਹੀਂ, ਤੁਸੀਂ ਬਣਾਇਆ ਨਹੀਂ, ਅਤੇ ਤਾਂ ਕਰਕੇ ਥੋੜ੍ਹਾ ਜਿਹਾ ਜਿਹਨੇ ਉਹ ਸੌਂਗ ਬਣਾਇਆ ਕਈ ਵਾਰੀ ਉਹਦਾ ਤਾਂ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ, ਉਹ ਟਿਕਟੋਕ ਹੀ ਪਾਪੂਲਰ ਕਰ ਦਿੰਦਾ। ਹੁਣ ਮੈਨੂੰ, ਮੈਂ 3 ਸਾਲ ਤੋਂ ਕਰ ਰਿਹਾ, ਬਟ ਮੈਨੂੰ ਜਦੋਂ 80 out of 100 ਮੈਨੂੰ ਲੋਕ ਮਿਲਦੇ ਤਾਂ ਕਹਿੰਦੇ ਬਾਈ ਤੂੰ ਟਿਕਟੋਕ ਵਾਲਾ ਨਾ। ਅੱਛਾ, ਪਰ ਇੱਕ ਗੱਲ ਦੱਸੋ, ਤੁਹਾਨੂੰ ਸਾਰਿਆਂ ਦੇ ਨਾਂ ਚੇਤੇ ਰਹਿੰਦੇ ਜਿਹੜੇ ਤੁਹਾਨੂੰ ਇੰਸਟਾ ਤੇ ਫੋਲੋ ਕਰ ਰਹੇ? ਨਹੀਂ ਰਹਿੰਦੇ ਜੀ। ਕੌਣ ਆ, ਕੌਣ ਇਕੱਲਾ ਇਕੱਲਾ ਤੁਸੀਂ ਦੇਖਦੇ ਹੋ? ਇਕੱਲੇ ਇਕੱਲੇ ਮੈਸੇਜ ਤਾਂ ਮੈਂ ਸਾਰਿਆਂ ਦਾ ਦੇਖਦਾ ਜੀ। ਅੱਛਾ, ਇਕੱਲੇ ਇਕੱਲੇ ਦੀ ਪ੍ਰੋਫਾਈਲ ਖੋਲ ਕੇ ਕਿ ਕਿਹੜਾ ਆ ਜਿਹਨਾਂ ਮੈਨੂੰ ਫੋਲੋ ਕਰਦਾ, ਮੈਨੂੰ ਜਾਣਨ ਦੀ ਕੋਸ਼ਿਸ਼ ਕਰਦਾ? ਮੈਸੇਜ 'ਤੇ ਡਿਪੈਂਡ ਕਰਦਾ, ਕਿਵੇਂ ਕਈ ਵਾਰੀ ਕਾਫੀ ਜ਼ਿਆਦਾ ਲੰਮਾ ਮੈਸੇਜ ਹੁੰਦਾ ਅਤੇ ਬੰਦਾ ਜਦੋਂ ਪੜ੍ਹਦਾ ਉਹ ਕਾਫੀ ਕਨੈਕਟ ਹੋ ਜਾਂਦਾ, ਅਤੇ ਹਾਂਜੀ ਜ਼ਰੂਰ ਜਿੰਨਾ ਮੈਨੂੰ ਲੱਗਦਾ ਜਿੰਨਾ ਕਿ ਮੈਥੋਂ ਹੋ ਸਕਦਾ ਹੈ ਨਾ ਉਹ ਦੇਖਦਾ। ਅਤੇ ਕੋਈ ਐਪਰੀਸ਼ੀਏਟ ਕਰਦੇ ਅਤੇ ਕੋਈ ਕ੍ਰਿਟੀਸਾਈਜ਼ ਵੀ ਕਰਦੇ ਨੇ? ਕ੍ਰਿਟੀਸਾਈਜ਼ ਬਹੁਤ ਘੱਟ ਕਰਦੇ, ਮੈਂ ਲੱਕੀ ਮੰਨਦਾ ਉਹਦੇ ਆਪ ਨੂੰ ਕਿ ਬਹੁਤ ਜ਼ਿਆਦਾ ਵੀ 1 out of 100 ਮੈਂ ਇਗਨੋਰ ਕਰ ਦਿੰਦਾ ਮੈਂ ਮੋਸਟ ਆਫ ਦਾ ਟਾਈਮ ਕੀ ਕਰਦਾ ਕਿ ਜੇ ਸੌ ਕਮੈਂਟ ਹੈ ਇੱਕ ਨੈਗੇਟਿਵ ਮੈਂ ਡਿਲੀਟ ਕਰ ਦਿੰਦਾ ਮੈਂ ਇਗਨੋਰ ਕਰ ਦਿੰਦਾ ਮੈਂ ਮੋਸਟ ਆਫ ਦਾ ਟਾਈਮ ਕੀ ਕਰਦਾ ਕਿ ਜੇ ਸੌ ਕਮੈਂਟ ਹੈ ਇੱਕ ਨੈਗੇਟਿਵ ਮੈਂ ਡਿਲੀਟ ਕਰ ਦਿੰ
ਤਿਆਰ ਤਾਂ ਹਰੇਕ ਚੀਜ਼ ਲਈ ਹੈ ਜੀ, ਬਟ ਆਪਦਾ ਥੋੜ੍ਹਾ ਜਿਹਾ ਦੇਖ ਕੇ ਚੱਲੇ, ਜਿੰਨਾ ਚਿਰ ਧਰਤੀ 'ਤੇ ਪੈਰ ਆ ਉਨਾ ਚਿਰ ਤਾਂ ਨਹੀਂ ਕੋਈ ਐਵੇਂ ਕਹਿੰਦਾ ਆਪਾਂ ਨੂੰ, ਜੇ ਕਿਉਂਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ, ਜੇ ਕੁਛ ਮੈਂ ਕਰੂੰਗਾ ਫਿਰ ਹੀ ਕਹੂੰਗਾ, ਨਹੀਂ ਤਾਂ ਮੈਂ ਸੌ 'ਚੋਂ ਇੱਕ ਹੀ ਆਊਗਾ, ਨਹੀਂ ਤਾਂ ਸੌ ਜਦੋਂ 100 'ਚੋਂ 50 ਆ ਕੇ ਮੈਨੂੰ ਐਂ ਕਹਿਣ ਲੱਗ ਗਏ ਮੇਰੀ ਗਲਤੀ ਹੋਊਗੀ ਫਿਰ। ਅਤੇ ਅਸਲ ਜ਼ਿੰਦਗੀ 'ਚ ਕਿੰਨੇ ਕੁ ਦੋਸਤ ਹੈਗੇ ਆ, ਕਿੰਨੇ ਕੁ ਨਾਲ ਮਿਲਦੇ ਹੋ? ਕਿ ਉਬਜੀ ਹੋ ਜਾਏ ਜੋ ਇੰਸਟਾ 'ਤੇ ਦਿਖਾਉਣਾ ਚਾਹੁੰਦੇ ਆ। ਓਕੇ, ਅਤੇ ਉਬਜੀ ਲਾਈਫ ਤਾਂ ਹੀ ਹੋਊਗੀ ਜੇ ਤੁਸੀਂ ਲਾਈਫ ਨੂੰ ਟਾਈਮ ਦਿਓਗੇ। ਜੇ ਤੁਸੀਂ ਇੰਸਟਾ ਦੇ ਥਰੂ ਆਪਣੀ ਲਾਈਫ ਕਿਸੇ ਨੂੰ ਦਿਖਾ ਰਹੇ ਹੋ ਤਾਂ ਤੁਸੀਂ ਲਾਈਫ ਜੀ ਨਹੀਂ ਰਹੇ, ਤੁਸੀਂ ਦਿਖਾ ਹੀ ਰਹੇ ਹੋ। ਰਾਈਟ ਰਾਈਟ, ਦੈਟ ਇਜ਼ ਸੋ ਨਾਈਸ, ਐਂਡ ਥੈਂਕ ਯੂ ਸੋ ਮਚ ਰੋਬਿਨ ਸਾਡੇ ਸ਼ੋਅ 'ਤੇ ਆਉਣ ਲਈ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮਚ, ਥੈਂਕ ਯੂ।